ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਜ਼ਮੀਨ ਵਿੱਚ ਹੀ ਵਾਹਿਆ ਜਾਵੇ। ਉਹਦੇ ਨਾਲ ਜਿੱਥੇ ਸਾਡੀ ਜ਼ਮੀਨ ਦੀ ਉਪਜਾਊਪਨ ਵਧੇਗਾ, ਉਹਦੇ ਨਾਲ ਹੀ ਸਾਡਾ ਜਿਹੜਾ ਵਾਤਾਵਰਨ ਦੂਸ਼ਿਤ ਹੋ ਰਿਹਾ ਉਹਨੂੰ ਵੀ ਆਪਾਂ ਬਚਾ ਸਕਾਂਗੇ। ਉਹ ਜ਼ਹਿਰੀਲੀਆਂ ਗੈਸਾਂ ਦੇ ਨਾਲ ਜੋ ਨੁਕਸਾਨ ਜੋ ਸਾਡੀ ਸਿਹਤ ਦੇ ਉੱਤੇ ਸਾਡੇ ਇਨਸਾਨ ਜਾਂ ਜਾਨਵਰ ਉੱਤੇ ਹੋ ਰਿਹਾ ਉਹਨੂੰ ਵੀ ਬਚਾਇਆ ਜਾ ਸਕਦਾ। ਕਿਸਾਨ ਵੀਰੋ, ਤੁਸੀਂ ਹੁਣ ਤੱਕ ਦੇ ਪ੍ਰੋਗਰਾਮ ਦੇ ਵਿੱਚ ਵੇਖਿਆ ਕਿ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਅਸੀਂ ਕੀ ਖੋ ਦਿੰਦੇ ਹਾਂ ਤੇ ਉਸਦੀ ਭਰਪਾਈ ਕਰਨ ਲਈ ਅਸੀਂ ਕੀ ਕਰਦੇ ਹਾਂ। ਹੁਣ ਗੱਲ ਕਰਦੇ ਹਾਂ ਅਜਿਹੇ ਕਿਸਾਨ ਵੀਰਾਂ ਦੀ ਜਿਹੜੇ ਝੋਨੇ ਦੀ ਪਰਾਲੀ ਨੂੰ ਅੱਗ ਦੇ ਹਵਾਲੇ ਨਾ ਕਰਕੇ ਉਸਦੀ ਸਦਵਰਤੋਂ ਕਰਦੇ ਨੇ। ਇਹ ਹੈ ਜ਼ਿਲ੍ਹਾ ਫਾਜ਼ਿਲਕਾ ਦਾ ਸੰਜੀਵ ਨਾਗਪਾਲ। ਇਹਨਾਂ ਨੇ ਆਪਣੇ ਪਿੰਡ ਪੈਂਚਾਵਲੀ ਵਿੱਚ ਆਧੁਨਿਕ ਤਕਨੀਕ ਨਾਲ ਇੱਕ ਅਜਿਹਾ ਪਲਾਂਟ ਲਾਇਆ ਹੋਇਆ ਹੈ। ਲੱਖਾਂ ਟਨ ਝੋਨੇ ਦੀ ਪਰਾਲੀ ਨੂੰ ਗਲਾ ਕੇ ਖਾਦ ਬਣਾਉਂਦੇ ਨੇ। ਪਰਾਲੀ ਨੂੰ ਗਲਾਉਣ ਤੋਂ ਬਾਅਦ ਬਚਦੇ ਪਾਣੀ ਦਾ ਜੈਵਿਕ ਘੋਲ ਤੇ ਇਸ ਪ੍ਰਕਿਰਿਆ ਦੌਰਾਨ ਨਿਕਲਣ ਵਾਲੀ ਗੈਸ ਤੋਂ ਬਿਜਲੀ ਪੈਦਾ ਕਰਦੇ ਨੇ। ਹੁਣ ਕਿਵੇਂ ਕਹਿ ਸਕਦੇ ਹਾਂ ਕਿ ਪਰਾਲੀ ਸਾਡੇ ਲਈ ਇੱਕ ਵਰਦਾਨ ਤੋਂ ਘੱਟ ਹੈ? ਟੈਕਨੋਲੋਜੀ ਨੂੰ ਡਿਵੈਲਪ ਕਰਨ ਵਾਸਤੇ, ਇਸਟੈਬਲਿਸ਼ ਕਰਨ ਵਾਸਤੇ ਇਹ ਪਹਿਲਾ ਪ੍ਰੋਜੈਕਟ ਲਗਾਇਆ। ਇਹਦੇ ਵਿੱਚ ਅਸੀਂ 15,000 ਟਨ ਪਰਾਲੀ ਨੂੰ ਦਾ ਇਸਤੇਮਾਲ ਕਰਨਾ ਹੈ, ਲੇਕਿਨ ਇਸ ਫੈਕਟਰੀ ਦਾ ਅਸੀਂ ਸਟਰਕਚਰ ਇਸ ਤਰ੍ਹਾਂ ਬਣਾਇਆ ਵੀ ਇੱਥੇ 60,000 ਟਨ ਪਰਾਲੀ ਨੂੰ ਪ੍ਰੋਸੈਸ ਕੀਤਾ ਜਾ ਸਕਦਾ। ਔਰ ਅਗਰ ਅਸੀਂ ਇਹ ਜਿਹੜੀਆਂ ਬੰਜਰ ਜ਼ਮੀਨਾਂ ਤੋਂ ਦੇਖੀਏ, ਅਸੀਂ ਪੰਜਾਬ ਦਾ ਪੂਰਾ ਨਕਸ਼ਾ ਤਿਆਰ ਕੀਤਾ ਹੋਇਆ ਜਿੱਥੇ ਜਿੱਥੇ ਇਹ ਪ੍ਰੋਜੈਕਟ ਲੱਗ ਸਕਦੇ ਨੇ। ਇਸ ਨਾਲ ਦੇ 30 ਪ੍ਰੋਜੈਕਟ ਇੱਥੇ ਬੜੇ ਆਰਾਮ ਨਾਲ ਲਗਾਏ ਜਾ ਸਕਦੇ ਨੇ, ਜਿਹੜੇ ਕਿ ਕਮ ਸੇ ਕਮ 4 ਮਿਲੀਅਨ ਟਨ ਪਰਾਲੀ ਨੂੰ ਇਹ ਪ੍ਰੋਸੈਸ ਕੀਤਾ ਜਾ ਸਕਦਾ। ਗੱਲ ਕਰਦੇ ਹਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਉੜਦ ਸੈਦੇਵਾਲ ਦੇ ਕਿਸਾਨਾਂ ਦੀ। ਇਹ ਕਿਸਾਨ ਵੀਰਾਂ ਨੇ ਇੱਕ ਸੈਲਫ ਹੈਲਪ ਗਰੁੱਪ ਬਣਾ ਕੇ ਉਸ ਨੂੰ ਗਿੱਲ ਸੈਲਫ ਹੈਲਪ ਗਰੁੱਪ ਦਾ ਨਾਂ ਦਿੱਤਾ ਹੈ। ਇਸ ਗਰੁੱਪ ਨੇ 13 ਲੱਖ ਰੁਪਏ ਦੀ ਲਾਗਤ ਨਾਲ ਝੋਨੇ ਦੀ ਪਰਾਲੀ ਤੋਂ ਗੰਢਾ ਬਣਾਉਣ ਵਾਲੀ ਮਸ਼ੀਨ ਖਰੀਦੀ ਹੈ। ਇਸ ਵਰੇ ਇਹਨਾਂ ਨੇ ਇਸ ਮਸ਼ੀਨ ਦੇ ਨਾਲ 400 ਏਕੜ ਝੋਨੇ ਦੇ ਖੇਤ ਚੋਂ 9,000 ਕੁਇੰਟਲ ਭਾਰ ਦੀਆਂ 45,000 ਗੰਢਾਂ ਬਣਾਈਆਂ ਹਨ। ਇਸ ਕਰਕੇ ਅਨੇਕਾਂ ਪਿੰਡਾਂ ਵਿੱਚ ਧੂਏ ਦਾ ਗੁਬਾਰ ਵੇਖਣ ਨੂੰ ਨਹੀਂ ਮਿਲਿਆ। ਕਹਿੰਦੇ ਹਨ ਜਿਸ ਖੇਤ ਵਿੱਚ ਅੱਗ ਨਹੀਂ ਲੱਗੀ ਉੱਥੇ ਕਣਕ ਦੀ ਫਸਲ ਬਹੁਤ ਹੀ ਵਧੀਆ ਹੋਈ ਹੈ। ਗੰਢਾਂ ਦੀ ਸ਼ਕਲ ਵਿੱਚ ਤਿਆਰ ਪਰਾਲੀ ਨੂੰ ਖਰੀਦਣ ਲਈ ਮਿੱਲ ਵਾਲਿਆਂ ਨੇ ਗਿੱਲ ਸੈਲਫ ਹੈਲਪ ਗਰੁੱਪ ਨਾਲ 275 ਰੁਪਏ ਪ੍ਰਤੀ ਕੁਇੰਟਲ ਦਾ ਇਕਰਾਰ ਕੀਤਾ ਸੀ, ਪਰ ਬਾਅਦ ਵਿੱਚ ਆਪਣੀ ਗੱਲ ਤੇ ਖਰੇ ਨਹੀਂ ਉਤਰੇ। ਪਰ ਇਹਨਾਂ ਕਿਸਾਨ ਵੀਰਾਂ ਨੇ ਹਿੰਮਤ ਨਹੀਂ ਹਾਰੀ। ਇਹਨਾਂ ਨੇ ਵਿਉਂਤ ਬਣਾਈ ਕਿ ਕਿਉਂ ਨਾ ਜਮ੍ਹਾਂ ਕੀਤੀ ਗਈ ਪਰਾਲੀ ਦਾ ਕੁਤਰਾ ਕਰਕੇ ਡੰਗਰਾਂ ਦੇ ਚਾਰੇ ਦੇ ਰੂਪ ਵਿੱਚ ਵੇਚਿਆ ਜਾਵੇ। ਇਹਨਾਂ ਦੀ ਸਕੀਮ ਸਫਲ ਰਹੀ, ਚੰਗਾ ਮੁਨਾਫਾ ਹੋਇਆ। ਮੈਂ ਤਾਂ ਇਹ ਸਮਝਦਾ ਵੀ ਜ਼ਮੀਨ ਨੂੰ ਜ਼ਿਆਦਾ ਫਾਇਦਾ ਵੀ ਜਿਹਦੇ ਜਿਹਦੇ ਅਸੀਂ ਮਤਲਬ ਪਰਾਲੀ ਇਕੱਠੀ ਕਰੀ ਆ ਬਿਨਾਂ ਅੱਗ ਲਾ ਕੇ ਕਣਕ ਬੀਜੀ ਆ ਉਹਨੇ, ਉਹ ਆ ਕੇ ਸਾਨੂੰ ਹੁਣ ਕਹਿੰਦਾ ਵੀ ਮੈਨੂੰ ਬਹੁਤ ਫਾਇਦਾ ਕਰਿਆ। ਇਹ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਭਾਵੜਾ ਦਾ ਸਾਬਕਾ ਸਰਪੰਚ ਜਗਦੀਸ਼ ਹੈ। ਇਸ ਨੇ ਆਪਣੇ ਖੇਤ ਵਿੱਚ ਹੀ ਗੱਤਾ ਮਿੱਲ ਲਾਈ ਹੋਈ ਹੈ। ਇਸ ਕੰਮ ਲਈ ਜਗਦੀਸ਼ ਨੇ ਬੈਂਕ ਤੋਂ 20 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਕਿ 5 ਸਾਲਾਂ ਵਿੱਚ ਵਾਪਸ ਕਰ ਚੁੱਕਾ ਹੈ। ਇਹ ਹਰ ਸਾਲ 500 ਏਕੜ ਦੀ ਝੋਨੇ ਦੀ ਪਰਾਲੀ ਇਕੱਠੀ ਕਰਦਾ ਹੈ। ਕਹਿੰਦਾ ਕਿ ਪਰਾਲੀ ਮੁਫ਼ਤ ਮਿਲ ਜਾਂਦੀ ਹੈ, ਜੱਟ ਮਿੰਨਤਾਂ ਕਰਕੇ ਵੇਚਦੇ ਨੇ। ਗੱਤਾ ਵੇਚ ਕੇ ਇਹ ਚੰਗੀ ਕਮਾਈ ਕਰਦਾ ਹੈ। ਇਸ ਦਾ ਗੱਤਾ
ਅੰਮ੍ਰਿਤਸਰ ਜਾ ਕੇ ਵਿਕਦਾ ਹੈ। ਜਗਦੀਸ਼ ਦੇ ਉਪਰਾਲੇ ਕਰਕੇ 6 ਪਿੰਡਾਂ ਵਿੱਚ ਝੋਨੇ ਦੀ ਕਟਾਈ ਤੋਂ ਖੇਤਾਂ ਵਿੱਚ ਅੱਗ ਨਹੀਂ ਲਾਈ ਜਾਂਦੀ। ਕਿਸਾਨ ਬਹੁਤ ਖੁਸ਼ ਹਨ ਕਿਉਂਕਿ ਕਣਕ ਦੀ ਬਿਜਾਈ ਲਈ ਖੇਤ ਸਮੇਂ ਤੇ ਵਿਹਲੇ ਹੋ ਜਾਂਦੇ ਹਨ। ਪਰਾਲੀ ਇਕੱਠੀ ਕਰਕੇ ਜ਼ਿਮੀਂਦਾਰਾਂ ਦੀ ਉਹ ਆਪਦੀ ਫੈਕਟਰੀ ਲਿਆਉਣਾ, ਉਦੋਂ ਬਾਅਦ ਉਹਨੂੰ ਗੱਤਾ ਬਣਾਉਣਾ ਅਤੇ ਆਪਦਾ ਜਿਹੜਾ ਕੰਮ ਵਧੀਆ ਚੱਲਦਾ। ਸਾਡਾ ਜੀ ਵੇਖੋ 220 ਰੁਪਏ ਬੰਡਲ ਜਾਂਦਾ 25 ਕਿਲੋ ਦਾ। ਅਸੀਂ 100 ਕੁ ਬੰਡਲ ਰੋਜ਼ ਦਾ ਤਿਆਰ ਕਰ ਲੈਂਦੇ ਹਾਂ ਤਕਰੀਬਨ, ਉਹ ਜਿਹੜਾ ਅਸੀਂ ਭੇਜ ਦਈਦਾ। ਪਰਾਲੀ ਵੱਧ ਤੋਂ ਵੱਧ ਜ਼ਿਮੀਂਦਾਰ ਵੀ ਸਾਡੇ ਕੋਲ ਸਿੜ ਜਾਂਦੇ ਨੇ, ਅਸੀਂ ਚੱਕ ਕੇ ਇਕੱਠੀ ਵੀ ਕਰ ਲਈਦੀ, ਜਿੱਥੋਂ ਵੀ ਬਣੇ ਅਸੀਂ ਅੱਗ ਲਾਉਣ ਤੋਂ ਬਚਾਉਣੇ ਆ ਵੀ ਬਚ ਜਾਵੇ, ਅੱਗ ਨਾ ਲੱਗੇ। ਫਤਿਹਗੜ੍ਹ ਸਾਹਿਬ ਦੇ ਪਿੰਡ ਬਰੌਂਗਾ ਦਾ ਕਿਸਾਨ ਪਲਵਿੰਦਰ ਸਿੰਘ ਬਹੁਤ ਸੂਝਵਾਨ ਕਿਸਾਨ ਹੈ। ਕੰਬਾਈਨ ਨਾਲ ਝੋਨੇ ਦੀ ਕਟਾਈ ਕਰਦਿਆਂ SMS ਤਕਨੀਕ ਵਰਤਦਾ ਹੈ। ਇਸ ਤਕਨੀਕ ਨਾਲ ਕੰਬਾਈਨ ਤੇ ਲਾਈਆਂ ਗਈਆਂ ਤਵੀਆਂ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਖਿਲਾਰ ਦਿੰਦੀਆਂ ਹਨ। ਪਲਵਿੰਦਰ ਸਿੰਘ ਅਜਿਹਾ ਕਰਨ ਦੇ ਬਹੁਤ ਸਾਰੇ ਫਾਇਦੇ ਵੀ ਗਿਣਾਉਂਦਾ ਹੈ। ਇਹ ਫਾਜ਼ਿਲਕਾ ਦੇ ਪਿੰਡ ਚੱਕ ਵੈਰੋਕੇ ਦਾ ਸ਼ੇਰਬਾਜ਼ ਸਿੰਘ ਹੈ। ਇਸ ਦੇ ਪਸ਼ੂ ਕੌਮੀ ਪਸ਼ੂ ਧਨ ਚੈਂਪੀਅਨਸ਼ਿਪ ਦੇ ਜੇਤੂ ਹਨ। ਪਸ਼ੂਆਂ ਦੇ ਸੁਚੱਜੇ ਪਾਲਣ ਪੋਸ਼ਣ ਸਮੇਂ ਇਹ ਝੋਨੇ ਦੀ ਪਰਾਲੀ ਦੀ ਬਹੁਤ ਵਰਤੋਂ ਕਰਦਾ ਹੈ। ਲੋੜ ਮੁਤਾਬਕ ਚਾਰੇ ਵਿੱਚ ਵੀ ਵਰਤਦਾ ਹੈ। ਪਸ਼ੂਆਂ ਥੱਲੇ ਵਿਛਾਈ ਵੀ ਕਰਾਉਂਦਾ ਹੈ ਜੋ ਬਾਅਦ ਵਿੱਚ ਗੋਬਰ ਤੇ ਮੂਤਰ ਵਿੱਚ ਰਲ ਕੇ ਖਾਦ ਬਣ ਜਾਂਦੀ ਹੈ। ਹਰ ਸਾਲ ਅਸੀਂ ਇਹ ਜਿਹੜੀ ਇਹ ਪਰਾਲੀ ਆ, ਇਹ ਕੁਝ ਜ਼ਿਆਦਾ ਜਗ੍ਹਾ ਦੇਣੀ ਹੈ, 4 ਕਨਾਲ ਦੀ ਪਰਾਲੀ ਹੈ। ਹਰ ਸਾਲ ਅਸੀਂ ਇਹ 4 ਵੀ ਪਾਈਦਾ ਔਰ ਪਸ਼ੂਆਂ ਨੂੰ ਸਬਦ ਵੀ ਪਾਈਦੀ ਔਰ ਕੁਦਰ ਕੇ ਵੀ, ਔਰ ਸਰਦੀ ਦੇ ਵਿੱਚ ਜਿਹੜੀ ਇਹ ਪਸ਼ੂਆਂ ਦੇ ਥੱਲੇ ਪਸ਼ੂਆਂ ਨੂੰ ਸਰਦੀ ਤੋਂ, ਕਿਉਂਕਿ ਬਹੁਤ ਚੰਗੇ ਪਸ਼ੂ ਹੋਣ ਕਰਕੇ ਉਹਨਾਂ ਨੂੰ ਸਰਦੀ ਤੋਂ ਵੀ ਬਚਾਉਣਾ ਪੈਂਦਾ। ਪ੍ਰਦੁਮਨ ਸਿੰਘ ਸਾਬਕਾ ਫੌਜੀ ਹੈ। ਇਸ ਸੂਝਵਾਨ ਕਿਸਾਨ ਨੇ 12 ਸਾਲਾਂ ਤੋਂ ਆਪਣੇ ਖੇਤਾਂ ਵਿੱਚ ਕਣਕ ਝੋਨੇ ਦੀ ਨਾੜ ਨੂੰ ਅੱਗ ਨਹੀਂ ਲਾਈ। ਇਸ ਦੇ ਖੇਤ ਸੋਨਾ ਉਗਲਦੇ ਹਨ। ਵੱਧ ਝਾੜ ਲੈਣ ਲਈ ਦੂਰ ਦੁਰਾਡੇ ਤੱਕ ਇਹ ਮਸ਼ਹੂਰ ਹੈ। ਇਹ ਦੂਜੇ ਕਿਸਾਨਾਂ ਨੂੰ ਅੱਗ ਨਾ ਲਾਉਣ ਲਈ ਪ੍ਰੇਰਦਾ ਹੈ, ਉਹਨਾਂ ਦੀ ਹਰ ਤਰ੍ਹਾਂ ਮਦਦ ਕਰਦਾ ਹੈ। ਇਸ ਚੰਗੇ ਕੰਮ ਲਈ ਪੰਜਾਬ ਸਰਕਾਰ ਇਸ ਨੂੰ ਕੌਮੀ ਐਵਾਰਡ ਨਾਲ ਨਿਵਾਜ਼ ਚੁੱਕੀ ਹੈ। ਜਿਹੜੀ ਅਸੀਂ ਐਤਕੀ 2-4 ਕਿਸਾਨਾਂ ਦੀ ਕਣਕ ਬੀਜੀ ਆ, ਉਹਨਾਂ ਨੂੰ ਇਸ ਵਿਧੀ ਦੇ ਨਾਲ ਜੋੜਨ ਦੇ ਵਾਸਤੇ, ਇਸ ਰਸਤੇ ਪਾਉਣ ਵਾਸਤੇ ਅਸੀਂ ਕੋਈ ਪੈਸਾ ਨਹੀਂ ਲਿਆ। ਜਿਹੜੀ ਆਪਾਂ ਵਾਹ ਕੇ ਬਿਜਾਈ ਕਰਦੇ ਹਾਂ ਉਹਦੇ 'ਤੇ ਖਰਚਾ ਕਾਫੀ ਆਉਂਦਾ, ਤੇਲ ਦਾ ਕਾਫੀ ਖਰਚਾ, ਟਰੈਕਟਰ ਦੀ ਕਸਾਈ ਦਾ ਵੀ ਖਰਚਾ, ਟਾਈਮ ਵੀ ਜ਼ਿਆਦਾ ਲੱਗਦਾ ਆ। ਜਿਹੜੀ ਅਸੀਂ ਸਿੱਧੀ ਬਿਜਾਈ ਕਰਦੇ ਹਾਂ ਇਹਦੇ ਵਿੱਚ ਸਾਨੂੰ ਜੇ ਅਸੀਂ ਇੱਕ ਖੇਤ ਉੱਥੇ ਤਿਆਰ ਕਰਨਾ ਹੋਵੇ, ਵਾਹੀ ਸਿੱਧੀ ਵਾਹ ਕੇ ਬੀਜਣਾ ਹੋਵੇ ਤਾਂ ਕਰੀਬ ਮੇਰਾ ਖਿਆਲ ਆ ਵੀ ਅੱਧਾ ਦਿਨ ਜਾਂ ਸਾਰਾ ਦਿਨ ਲੱਗਦਾ ਬੀਜਣ ਤੱਕ। ਇਹ ਸਾਡਾ ਜਿਹੜੀ ਅਸੀਂ ਸਿੱਧੀ ਬਿਜਾਈ ਆ ਇਹ 1 ਘੰਟਾ, ਵੱਧ ਤੋਂ ਵੱਧ 1.25 ਘੰਟਾ ਲੱਗਦਾ। ਜ਼ਿਲ੍ਹਾ ਬਠਿੰਡੇ ਦੇ ਪਿੰਡ ਸਿਰੀਏ ਵਾਲੇ ਦੇ ਅਗਾਂਹ ਵਧੂ ਕਿਸਾਨ ਗੁਰਤੇਜ ਸਿੰਘ ਚਾਨੀ ਨੂੰ ਮਾਸਟਰ ਆਫ ਐਗਰੀਕਲਚਰ ਆਖਦੇ ਹਨ। ਝੋਨੇ ਦੇ ਖੇਤਾਂ ਵਿੱਚ ਅੱਗ ਨਾ ਲਾ ਕੇ ਸਾਰੀ ਪਰਾਲੀ ਸਾਂਭ ਕੇ ਕੰਪੋਸਟ ਤਿਆਰ ਕਰਦਾ ਹੈ। ਇਹ ਕਹਿੰਦਾ ਹੈ ਕਿ 7 ਏਕੜ ਦੀ ਪਰਾਲੀ ਖੇਤ ਵਿੱਚ 1 ਕਨਾਲ ਦਾ ਟੋਇਆ ਪੁੱਟ ਕੇ ਸਾਂਭੀ ਜਾ ਸਕਦੀ ਹੈ ਜੋ ਕਿ ਕੰਪੋਸਟ ਤਿਆਰ ਕਰਦੀ ਹੈ ਤੇ ਉਹ 7 ਏਕੜ ਦੀ ਜ਼ਮੀਨ ਦੀ ਮਿੱਟੀ ਨੂੰ ਉਪਜਾਊ ਬਣਾ ਦਿੰਦੀ ਹੈ। ਇਸ ਤਰ੍ਹਾਂ ਕਰਨ ਨਾਲ ਰਸਾਇਣਿਕ ਖਾਦਾਂ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪੈਸਟੀਸਾਈਡ ਦਵਾਈਆਂ ਦੀ ਲੋੜ ਪੈਂਦੀ ਹੈ, ਕਿਉਂਕਿ ਅੱਗ ਨਾ ਲਾਉਣ ਨਾਲ ਮਿੱਤਰ ਕੀੜੇ ਬਚ ਜਾਂਦੇ ਹਨ ਜੋ ਕਿ ਫਸਲ ਨੂੰ ਬਿਮਾਰੀਆਂ ਨਾਲ ਲੜਨ ਵਿੱਚ ਸਹਾਈ ਹੁੰਦੇ ਹਨ।
ਪਿੱਛੇ ਸਾਡੇ ਖੇਤ ਟੋਆ ਪੱਟਿਆ 5 ਮਰਲਿਆਂ ਦਾ, ਜਿਹਦੇ 'ਚ 7 ਕਿੱਲਿਆਂ ਦੀ ਉਹਦੇ ਲੂਸਟਰਾ ਪਰਾਲੀ ਸਾਂਭੀ ਜਾਊਗੀ ਅਤੇ 6 ਮਹੀਨਿਆਂ ਦੇ ਵਿੱਚ ਜਦੋਂ ਉਹਨੂੰ ਕਣਕ ਨੇ ਤਿਆਰ ਹੋਣਾ ਉਦੋਂ ਉਹ ਖਾਦ ਤਿਆਰ ਹੋਊਗੀ। ਤਾਂ ਮੇਰਾ ਖੇਤ ਵਿਹਲਾ ਹੋਊਗਾ ਤਾਂ ਮੈਂ ਆਪਦੇ ਖੇਤ ਦੇ ਵਿੱਚ ਉਹਨੂੰ ਉਸ ਪਰਾਲੀ ਜਿਹੜੀ ਰੇਹ ਬਣੀ ਹੈ ਪਰਾਲੀ ਦੀ ਤਾਂ ਉਹਨੂੰ ਖਿਲਾਰੂੰਗਾ ਅਤੇ ਮੇਰੇ ਜੈਵਿਕ ਖਾਦ ਜਿਹੜੀ ਰੂੜੀ ਦੀ ਦੇਸੀ ਖਾਦ ਸਾਨੂੰ ਬਾਰ ਬਾਰ ਸਮਝਾ ਦਿੰਦਾ ਡਿਪਾਰਟਮੈਂਟ ਵੱਲੋਂ ਤਾਂ ਉਹ ਅਸੀਂ ਖੇਤਾਂ 'ਚ ਪਾਵਾਂਗੇ। ਜਿਹੜੀਆਂ ਰਸਾਇਣਿਕ ਖਾਦਾਂ ਮੁੱਲ ਖਰੀਦਦੇ ਉਹਦੀ ਸਾਨੂੰ ਲੋੜ ਨਹੀਂ ਰਹਿਣੀ। ਇਹ ਹੈ ਅੰਮ੍ਰਿਤਸਰ ਦਾ ਕਿਸਾਨ ਸੇਵਾ ਸਿੰਘ। ਇਹ ਦੇਸੀ ਢੰਗ ਨਾਲ ਖੁੰਬਾਂ ਦਾ ਉਤਪਾਦਨ ਕਰਦਾ ਹੈ। ਖਾਸ ਗੱਲ ਇਹ ਹੈ ਕਿ ਇਹ ਕਿਸਾਨ ਇਸ ਦੇ ਕੰਮ ਲਈ ਜ਼ਰੂਰੀ ਸ਼ੈੱਡ ਝੋਨੇ ਦੀ ਪਰਾਲੀ ਨਾਲ ਤਿਆਰ ਕਰਦਾ ਹੈ। ਜਦੋਂ ਛੱਪਰ ਪੁਰਾਣੇ ਹੋ ਜਾਂਦੇ ਨੇ ਤਾਂ ਗਲੀ ਸੜੀ ਪਰਾਲੀ ਨੂੰ ਖੇਤਾਂ ਵਿੱਚ ਖਿਲਾਰ ਦਿੰਦਾ ਹੈ ਜੋ ਕਿ ਖਾਦ ਦਾ ਕੰਮ ਕਰਦੀ ਹੈ। ਸੇਵਾ ਸਿੰਘ ਦੀ ਦੇਖਾ ਦੇਖੀ ਆਲੇ ਦੁਆਲੇ ਦੇ ਲਗਭਗ 70 ਕਿਸਾਨ ਵੀ ਝੋਨੇ ਦੀ ਪਰਾਲੀ ਤੋਂ ਹੀ ਛੱਪਰ ਤਿਆਰ ਕਰਕੇ ਖੁੰਬਾਂ ਦਾ ਉਤਪਾਦਨ ਕਰਦੇ ਹਨ। ਇਸ ਤੋਂ ਇਲਾਵਾ ਇਸਨੇ ਸੈਂਕੜੇ ਕਿਸਾਨਾਂ ਨੂੰ ਇਸ ਸੰਬੰਧੀ ਸਿਖਲਾਈ ਵੀ ਦਿੱਤੀ ਹੈ। ਇਸ ਤੋਂ ਇਲਾਵਾ ਹੋਰ ਵੀ ਅਣਗਿਣਤ ਅਜਿਹੇ ਕਿਸਾਨ ਹਨ ਜੋ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਖੇਤ ਵਿੱਚ ਹੀ ਗੜਮਟ ਕਰ ਦਿੰਦੇ ਹਨ। ਅਜਿਹਾ ਕਰਨ ਨਾਲ ਇਹਨਾਂ ਦੇ ਖਰਚੇ ਘੱਟ ਜਾਂਦੇ ਨੇ ਤੇ ਝਾੜ ਵੱਧ ਜਾਂਦਾ ਹੈ। ਇਹਨਾਂ ਦੇ ਖੇਤਾਂ ਵਿੱਚ ਤਿਆਰ ਕੀਤਾ ਗਿਆ ਅਨਾਜ ਗੁਣਵੱਤਾ ਦੀ ਕਸੌਟੀ ਤੇ ਖਰਾ ਉਤਰਦਾ ਹੈ ਜੋ ਕਿ ਆਮ ਨਾਲੋਂ ਮਹਿੰਗੇ ਭਾਅ ਵਿਕਦਾ ਹੈ। ਕਿਸਾਨ ਭਰਾਵੋ, ਤੁਸੀਂ ਅਜਿਹਾ ਕਰਕੇ ਜ਼ਰੂਰ ਵੇਖੋ। ਅਸੀਂ ਪਿਛਲੇ 2 ਸਾਲ ਤੋਂ ਬਿਨਾਂ ਅੱਗ ਲਾਏ ਤੋਂ ਜੋ ਮਸ਼ੀਨ ਕੱਟਦੀ ਹੈ ਇਸ ਤਰ੍ਹਾਂ ਹੀ ਵਾਹ ਕੇ ਉਹਦੇ ਵਿੱਚ ਕਣਕ ਦੀ ਫਸਲ ਕਰ ਰਹੇ ਹਾਂ, ਜਿਸ ਨਾਲ ਕੀ ਹੁੰਦਾ ਇਹਦੀ ਵਾਹੀ ਕਰਨ ਨਾਲ ਜਿਹੜੇ ਖੇਤ ਵਿੱਚ ਹੈ ਓਲਾਪਨ ਆਉਂਦਾ। ਅਸੀਂ ਪੂਰੇ ਪਿੰਡ ਵਾਸੀਆਂ ਨੇ ਇੱਕ ਪ੍ਰੋਗਰਾਮ ਲੀਕਿਆ ਕਿ ਅਸੀਂ ਖੇਤੀਬਾੜੀ ਦੇ ਵਿੱਚ ਜਿਹੜੀ ਅਸੀਂ ਜੀਰੀ ਦਾ ਫਸਲ ਬੀਜਦੇ ਹਾਂ ਕਿ ਉਹਦੀ ਰਹਿੰਦ ਖੂੰਦ ਨੂੰ ਅੱਗ ਨਹੀਂ ਲਾਉਣੀ, ਇਸ ਕਰਕੇ ਅਸੀਂ ਪੈਡੀ ਚੋਪਰ ਨੂੰ ਯੂਜ਼ ਕਰ ਰਹੇ ਹਾਂ। धान की पराली का अगर हम करते हैं तो बटन मशरूम के लिए तो उसका खाद तैयार कर सकते हैं। तो अगर ओएस्टर में करते हैं तो हमारे बिहार में तो कुछ गर्मी ज़्यादा पड़ती है, मतलब हिमाचल से तो ज़्यादा ही गर्मी है, तो उसमें है कि वो पराली पानी को ज़्यादा ऑब्जर्व करता है, तो हमारे यहाँ के लिए बहुत अच्छा है पराली। तो हमारे यहाँ तो बिहार में अधिकतर छप्पर गाँव में गरीब महिला को वही पॉलिसी करते हैं धान से। हाँ, तो उसका खर्चा भी कम पड़ता होगा। खर्च भी कम पड़ता है और फिर जो बचा हुआ रहता है पॉली लॉन्ग स्टोर करके रखते हैं उसी से सालों उसी में ये करके स्पॉनिंग करके ये मशरूम उगाते हैं। डायरेक्टरेट ऑफ मशरूम रिसर्च ने, कुंभ अनुसंधान निदेशालय ने ऐसी तकनीक फार्मुलेशन डेवलप की हैं जिसके जिससे हम जो धान की पराली होती है उसका प्रयोग बड़ी सफलतापूर्वक मशरूम की खाद के लिए कर सकते हैं। लगभग 1 टन जो पराली होती है उससे लगभग 0.5 टन मशरूम बटन मशरूम का पैदा किया जा सकता है। ਪਰਾਲੀ ਨੂੰ ਸੰਭਾਲਣ ਦੇ ਵਾਸਤੇ ਸਰਕਾਰ ਵੱਲੋਂ ਅਤੇ ਸਾਡਾ ਇਹ ਆਤਮਾ ਸਕੀਮ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ, ਸਾਡੇ ਮਸ਼ੀਨਰੀ ਕੰਪੋਨੈਂਟ ਦੇ ਵਿੱਚ 269 ਕਰੋੜ ਰੁਪਈਏ ਜੋ ਸਰਕਾਰ ਵੱਲੋਂ ਕਿਸਾਨਾਂ ਦੀ ਜਿਹੜੀ ਪਰਾਲੀ ਨੂੰ ਸਾੜਨ ਦੀ ਬਜਾਏ ਖੇਤ ਵਿੱਚ ਦਬਾਉਣ ਦੇ ਸੰਬੰਧੀ ਦਿੱਤੇ ਗਏ ਆ। ਸਾਰੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿੰਨੀ ਵੀ ਪਰਾਲੀ ਆ ਉਹਨੂੰ ਆਪਾਂ ਖੇਤ ਵਿੱਚ ਹੀ ਵਾਹੀਏ ਨਾ ਕਿ ਸਾੜੀਏ, ਅਤੇ ਉਹਦੇ ਨਾਲ ਜਿਹੜਾ ਹੈਗਾ ਅਸੀਂ ਆਪਣਾ ਅਤੇ ਆਪਣਾ ਸਰਬਤ ਦਾ ਭਲਾ ਕਰਾਂਗੇ। ਬੀਜ ਬੀਜ ਕੇ ਝੋਨਾ ਪਾਣੀ ਥੱਲੇ ਉਤਾਰ ਦਿੱਤਾ, ਬਾਪੂ ਵਾਲਾ ਸਾਰਾ ਬਣਾ ਕੇ ਵੇਚ ਕਵਾੜ ਦਿੱਤਾ, ਕੋਈ ਲੈਂਦਾ ਰੱਖ ਨਿਸ਼ਾਨੀ ਉਹਦੀ ਹਲ ਪੰਜਾਲੀ ਨੂੰ, ਮਿੱਤਰ ਕੀੜੇ ਮੱਚਦੇ ਨਾ ਲਾਇਆ ਅੱਗ ਪਰਾਲੀ ਨੂੰ,
ਮਿੱਤਰ ਕੀੜੇ ਮੱਚਦੇ ਨਾ ਲਾਏ ਅੱਗ ਪਰਾਲੀ ਨੂੰ, ਬੇਲੀ ਆਏ ਅੱਗ ਪਰਾਲੀ ਨੂੰ।